ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਰਮਿੰਦਰ ਕੌਰ ਪ੍ਰੀਤੀ ਔਰ ਮੈਂ ਬਾਰਸਲੋਨਾ ਸਪੇਨ ਤੋਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਆਪਣੇ ਬਿਜ਼ਨਸ ਨਾਲ ਰਿਲੇਟਡ ਵੀਡੀਓ ਲੈ ਕੇ ਆਉਂਦੀ ਹਾਂ। ਅੱਜ ਮੈਂ ਇੱਕ ਨਵੀਂ ਵੀਡੀਓ ਲੈ ਕੇ ਆਈ ਹਾਂ ਜਿਹਦੇ ਵਿੱਚ ਕਿ ਅਸੀਂ ਡਿਫਰੈਂਸ ਦੱਸਾਂਗੇ MLM ਮਾਰਕੀਟਿੰਗ ਅਤੇ ਸਾਡੇ ਬਿਜ਼ਨਸ ਦੇ ਵਿੱਚ। ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਸੀ, ਇੱਕ ਜਿਹਦੇ ਵਿੱਚ ਦੱਸਿਆ ਗਿਆ ਕਿ ਪੈਰਾਮਿਡ ਸਕੀਮ ਔਰ ਸਾਡੇ ਬਿਜ਼ਨਸ 'ਚ ਕੀ ਡਿਫਰੈਂਸ ਹੈ। ਔਰ ਸੇਮ ਲਾਈਕ MLM ਵੀ ਉਸੇ ਤਰ੍ਹਾਂ ਹੀ ਹੈ, ਲੇਕਿਨ ਜਿਹੜੇ ਪੈਰਾਮਿਡ ਸਕੀਮ ਹੈ ਉਹਦੇ ਵਿੱਚ ਕੋਈ ਵੀ ਪ੍ਰੋਡਕਟ ਨਹੀਂ ਹੁੰਦਾ, ਨਾ ਹੀ ਤੁਹਾਨੂੰ ਕੋਈ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ। ਔਰ ਜਿਹੜਾ MLM ਹੈ ਇਹਦੇ ਵਿੱਚ ਪ੍ਰੋਡਕਟ ਜ਼ਰੂਰ ਹੁੰਦੇ ਹੈ, ਔਰ ਤੁਸੀਂ ਪਹਿਲਾਂ ਇਨਵੈਂਟਰੀ ਇਕੱਠੀ ਕਰਦੇ ਹੋ, ਫਿਰ ਉਸਨੂੰ ਸੋਸ਼ਲ ਮੀਡੀਆ 'ਤੇ ਵੱਖਰੇ ਵੱਖਰੇ ਪਲੈਟਫਾਰਮ 'ਤੇ ਤੁਸੀਂ ਉਸਨੂੰ ਪ੍ਰਮੋਟ ਕਰਦੇ ਹੋ, ਦੈਨ ਜਿਹੜਾ ਕਿ ਤੁਹਾਡਾ ਪ੍ਰੋਡਕਟ ਸੇਲ ਹੁੰਦਾ ਹੈ। ਔਰ ਫਿਰ ਜੇ ਤੁਸੀਂ ਕਿਸੇ ਵੀ ਵਜ੍ਹਾ ਕਰਕੇ ਤੁਹਾਡਾ ਪ੍ਰੋਡਕਟ ਨਹੀਂ ਸੇਲ ਹੁੰਦਾ ਤਾਂ ਤੁਹਾਨੂੰ ਆਪਣਾ ਜਿਹੜਾ ਰੈਂਕ ਉਹਨੂੰ ਮੇਨਟੇਨ ਰੱਖਣਾ ਪੈਂਦਾ, ਔਰ ਜਿਹੜਾ ਪ੍ਰੋਡਕਟ ਹੈ ਤੁਹਾਨੂੰ ਖੁਦ ਨੂੰ ਬਾਈ ਕਰਨਾ ਪੈਂਦਾ ਹੈ, ਔਰ ਤੁਸੀਂ ਵਾਰ ਵਾਰ ਰੀਇਨਵੈਸਟ ਇਹਦੇ ਵਿੱਚ ਤੁਸੀਂ ਕਰਦੇ ਹੋ। ਸੋ ਜਿਹੜਾ ਇਹ ਬਿਜ਼ਨਸ ਹੈ ਇਹ ਲੀਗਲ ਵੀ ਨਹੀਂ ਹੈਗਾ। ਜਿਹੜਾ ਸਾਡਾ ਬਿਜ਼ਨਸ ਹੈ ਉਹ ਗੌਰਮੈਂਟ ਵੱਲੋਂ ਰਜਿਸਟਰਡ ਹੈ ਔਰ 25 ਕੰਟਰੀ ਦੇ ਵਿੱਚ ਅਵੇਲੇਬਲ ਹੈ, ਔਰ ਇਸ ਦੇ ਵਿੱਚ ਕੋਈ ਵੀ ਪ੍ਰੋਡਕਟ ਜਿਹੜਾ ਅਸੀਂ ਉਹ ਸੇਲ ਨਹੀਂ ਕਰਦੇ। ਪ੍ਰੋਡਕਟ ਹੈਗਾ ਲੇਕਿਨ ਸਾਡਾ ਜਿਹੜਾ ਇਹ ਉਹ ਸੇਲ ਦਾ ਕੰਮ ਨਹੀਂ ਹੈਗਾ, ਅਸੀਂ ਪ੍ਰੋਡਕਟ ਨੂੰ ਸੇਲ ਨਹੀਂ ਕਰਦੇ, ਅਸੀਂ ਐਡਵਰਟਾਈਜ਼ਿੰਗ ਦੇ ਥਰੂ ਹੀ ਆਪਣਾ ਜਿਹੜਾ ਬਿਜ਼ਨਸ ਰਨ ਕਰਦੇ ਹਾਂ।